ਅੱਜ ਗੁਰੂ ਸਾਹਿਬ ਦੀ 450 ਸਾਲਾਂ ਸ਼ਤਾਬਦੀ ਦੇ ਮੌਕੇ 'ਤੇ ਚੀਫ ਖਾਲਸਾ ਦੀਵਾਨ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ। ਖਾਲਸਾ ਦੀਵਾਨ ਦੇ ਕਿਸੇ ਵੀ ਅਦਾਰੇ ਦੇ ਵਿੱਚ ਇਹ ਸਕੂਲ ਦੇ ਵਿੱਚ ਵੀ ਕੋਈ ਵੀ ਫੰਕਸ਼ਨ ਹੋਏਗਾ ਉੱਥੇ ਪਲਾਸਟਿਕ ਦੀ ਅਤੇ ਡਿਸਪੋਜ਼ਲ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਏਗੀ। ਜਿਹੜਾ ਲੰਗਰ ਦਾ ਪ੍ਰਸ਼ਾਦਾ ਹੈ, ਜਿਹੜਾ ਪੁਰਾਤਨ ਰਵਾਇਤਾਂ ਅਨੁਸਾਰ ਪੱਤਰ ਦੇ ਵਿੱਚ ਪੱਤਰ ਦੀ ਵਰਤੋਂ ਕੀਤੀ ਜਾਵੇ ਔਰ ਪੱਤਰ ਦੇ ਉੱਤੇ ਪ੍ਰਸ਼ਾਦਾ ਛਕਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ 450 ਸਾਲਾਂ ਸ਼ਤਾਬਦੀ ਦੇ ਮੌਕੇ 'ਤੇ ਚੀਫ ਖਾਲਸਾ ਦੀਵਾਨ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਕਿ ਚੀਫ ਖਾਲਸਾ ਦੀਵਾਨ ਦੇ ਕਿਸੇ ਵੀ ਅਦਾਰੇ ਦੇ ਵਿੱਚ ਇਹ ਸਕੂਲ ਦੇ ਵਿੱਚ ਵੀ ਕੋਈ ਵੀ ਫੰਕਸ਼ਨ ਹੋਏਗਾ ਉੱਥੇ ਪਲਾਸਟਿਕ ਦੀ ਅਤੇ ਡਿਸਪੋਜ਼ਲ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਏਗੀ। ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜਾ ਲੰਗਰ ਦਾ ਪ੍ਰਸ਼ਾਦਾ ਹੈ, ਜਿਹੜਾ ਪੁਰਾਤਨ ਰਵਾਇਤਾਂ ਅਨੁਸਾਰ ਪੱਤਰ ਦੇ ਵਿੱਚ ਪੱਤਰ ਦੀ ਵਰਤੋਂ ਕੀਤੀ ਜਾਵੇ ਔਰ ਪੱਤਰ ਦੇ ਉੱਤੇ ਪ੍ਰਸ਼ਾਦਾ ਛਕਾਇਆ ਜਾਵੇ, ਤਾਂ ਜੋ ਕੈਂਸਰ ਦੀਆਂ ਬਿਮਾਰੀਆਂ ਹੋਰ ਬਿਮਾਰੀਆਂ ਵੱਧ ਰਹੀਆਂ ਨਾ ਉਹਦੇ ਉੱਤੇ ਰੋਕ ਕੰਟਰੋਲ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਚੀਫ ਖਾਲਸਾ ਦੀਵਾਨ ਵੱਲੋਂ ਗੁਰੂ ਰਾਮਦਾਸ ਜੀ ਦਾ 450 ਦਿਹਾੜਾ ਜੋਤੀ ਗੁਰੂ ਗ੍ਰਿਆਈ ਧਰਤੀ ਦਿਵਸ ਮਨਾਇਆ ਗਿਆ। ਉਹਦੇ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਪੱਤਰਾਂ ਤੇ ਲੰਗਰ ਛਕਾਇਆ ਗਿਆ, ਜਿਹੜਾ ਕਿ ਡਾਕਟਰ ਸਾਹਿਬ ਦੇ ਹੁਕਮਾਂ ਮੁਤਾਬਕ ਵੀ ਕੋਈ ਵੀ ਥਰਮੋਕੋਲ ਤੇ ਪਲਾਸਟਿਕ ਨਹੀਂ ਵਰਤਣਾ। ਜਿੰਨੇ ਵੀ ਲੰਗਰਾਂ ਦੇ ਵਿੱਚ ਪੱਤਰ ਵਰਤੇ ਜਾਣ ਉਨੇ ਹੀ ਚੰਗੇ ਨੇ, ਉਨੇ ਵਰਤਿਆ ਕਰੋ। ਵੱਧ ਤੋਂ ਵੱਧ ਪੱਤਰ ਜਿੰਨੇ ਵੀ ਇਹਨਾਂ ਹਦਾਇਤ ਕੀਤੀ ਹੈ ਵੀ ਚੀਫ ਖਾਲਸਾ ਦੀਵਾਨ ਦੇ ਸਾਰੇ ਸਕੂਲਾਂ ਦੇ ਵਿੱਚ ਪੱਤਰ ਵਰਤੇ ਜਾਣਗੇ ਲੰਗਰਾਂ ਦੇ ਵਿੱਚ, ਕੋਈ ਥਰਮੋਕੋਲ ਨਹੀਂ, ਕੋਈ ਪਲਾਸਟਿਕ ਨਹੀਂ ਵਰਤਿਆ ਜਾਏਗਾ ਜੀ। ਇਹ ਪੱਤਰ ਜੀ ਅਸੀਂ ਮੁੜ ਕੇ ਇੱਥੋਂ ਇਕੱਠੇ ਕਰਕੇ ਨਾ, ਜਿਸ ਤਰ੍ਹਾਂ ਤੁਸੀਂ ਵੇਖਿਆ ਵੀ ਅਸੀਂ ਇਹਨੂੰ ਪਰੋਈ ਜਾਂਦੇ ਹਾਂ, ਇਹ ਮਿਨੀਮਮ ਕਰਕੇ ਅਸੀਂ ਇੱਥੋਂ ਲੈ ਜਾਣੇ ਨੇ ਪਿੰਡ ਵਾਲੇ ਖਾਦ ਉਹਨਾਂ ਦੇ ਬਣਾਉਣ ਵਾਸਤੇ ਦੇ ਜਾਣੇ ਉੱਥੇ ਜੀ ਉਹਨਾਂ ਨੂੰ। ਇਹਦੀ ਖਾਦ ਬਣਦੀ ਉਹਨਾਂ ਦਾ ਫਾਰਮ ਆ, ਔਰਗੈਨਿਕ ਖੇਤੀ ਫਾਰਮ ਆ, ਉਹਦੇ 'ਚ ਉਹਦੀ ਖਾਦ ਬਣ ਜਾਂਦੀ ਜਾ ਕੇ ਜੀ। ਅਸੀਂ ਤੁਹਾਡੇ ਮਾਧਿਅਮ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਲੋਕਾਂ ਨੂੰ ਇਹ ਥਰਮੋਕੋਲ ਦੀ ਰੋਟੀ ਖਵਾ ਕੇ ਪਹਿਲਾਂ ਜ਼ਹਿਰ ਖਵਾਉਂਦੇ, ਮੁੜ ਕੇ ਕੈਂਸਰ ਦੇ ਟੈਬ ਲਾਉਂਦੇ ਆ। ਆਪਾਂ ਨੂੰ ਉਹ ਬਿਲਕੁਲ ਬੰਦ ਕਰ ਦੇਣੇ ਚਾਹੀਦੇ ਥਰਮੋਕੋਲ, ਜਾਂ ਦੂਜੇ ਜਿਹੜੀਆਂ ਗੱਤੇ ਦੀਆਂ ਪਲੇਟਾਂ ਉੱਤੇ ਚਿਕਵਾ ਜਿਹਾ ਲੱਗਾ ਹੁੰਦਾ ਹੈ ਉਹ ਵੀ ਜ਼ਹਿਰ ਹੈ ਲੋਕਾਂ ਨੂੰ, ਉਹ ਨਹੀਂ ਉੱਥੇ ਲਾਉਣੇ ਚਾਹੀਦੇ। ਉਹਦੇ ਵਿੱਚ ਜਦੋਂ ਅਸੀਂ ਗਰਮ ਚੀਜ਼ ਪਾਉਂਦੇ ਹਾਂ ਉਹਦੇ ਅੰਦਰੋਂ ਇੰਨੇ ਕੁ ਕਣ ਨਿਕਲ ਜਾਂਦੇ ਸਾਡੇ ਪੇਟ ਦੇ ਅੰਦਰ ਜਾ ਕੇ ਕੈਂਸਰ ਕਰ ਦਿੰਦੇ ਨੇ, ਮੁੜ ਕੇ ਕੈਂਸਰ ਦੇ ਕੈਂਪ ਲਾਉਣ ਲੱਗ ਪਏ ਨੇ। ਸਾਨੂੰ ਉਹਨੇ ਥਰਮੋਕੋਲ ਬੰਦ ਕਰ ਦੇਣੇ ਚਾਹੀਦਾ, ਕਿਉਂਕਿ ਸਰਕਾਰ ਨੇ ਬੰਦ ਕਰਤੇ ਨੇ, ਬਿਲਕੁਲ ਬੰਦ ਕਰ ਦੇਣੇ ਚਾਹੀਦੇ, ਵਰਤਣੇ ਨਹੀਂ ਚਾਹੀਦੇ। ਇਹ ਪੱਤਰ ਦੇ ਪੱਤਰ ਔਰਗੈਨਿਕ ਦੇ ਖੇਤੀ ਦੇ ਕੰਮ ਆ ਜਾਂਦੇ ਨੇ, ਇਹਨਾਂ ਦਾ ਕੋਈ ਨੁਕਸਾਨ ਨਹੀਂ ਗਾ ਇਹਨਾਂ ਦਾ ਜੀ। ਇਹ ਪੱਤਰ ਵਰਤਣੇ ਚਾਹੀਦੇ, ਤੁਹਾਡੇ ਮਾਧਿਅਮ ਦੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਥਰਮੋਕੋਲ ਪਲਾਸਟਿਕ ਬੰਦ ਕਰਕੇ ਗੱਤਿਆਂ ਦੇ ਬੰਦ ਕਰਕੇ ਕਰ ਦੇਣੇ ਚਾਹੀਦੇ। ਅਸੀਂ ਪੱਤਰ ਲਾਈਏ ਜਿਹਦੇ ਨਾਲ ਲੋਕਾਂ ਦੇ ਔਰਗੈਨਿਕ ਖੇਤੀ ਦੇ ਕੰਮ ਆ ਜਾਂਦੇ ਨੇ, ਇਹ ਬਿਲਕੁਲ ਬਹੁਤ ਵਧੀਆ ਨੇ, ਇਹ ਬਹੁਤ ਵਧੀਆ। ਇਹ ਨਹੀਂ ਵਰਤਣੇ ਚਾਹੀਦੇ ਆਪਾਂ ਨੂੰ ਜਿਹੜੇ ਥਰਮੋਕੋਲ ਨਹੀਂ ਵਰਤਣਾ ਚਾਹੀਦਾ। ਮੈਂ ਜੀ, ਮੈਂ ਪੰਜਾਬ ਐਡਮਿਨਿਸਟ੍ਰੇਸ਼ਨ ਬੈਂਚ ਤੋਂ ਮੈਨੇਜਰ ਰਿਟਾਇਰ ਹੋਇਆ ਜੀ, ਮੈਂ 12 ਸਾਲ ਹੋ ਗਏ ਮੈਨੂੰ ਇਹ ਕੰਮ ਕਰਦਿਆਂ ਜੀ, ਤੇ ਸਰਕਾਰ ਨੇ ਥਰਮੋਕੋਲ ਬੰਦ ਕਰਤਾ ਹੈ ਤੇ ਅਸੀਂ ਵੀ ਉਸ ਸਹਿਯੋਗ ਦੇ ਨਾਲ ਚੱਲਣ ਡਏ ਹਾਂ। ਕਾਫੀ ਸਹਿਯੋਗ ਜੀ, ਤੁਸੀਂ ਦੇਖੋ ਪਹਿਲਾਂ ਕਿਸੇ ਵੇਲੇ ਚੀਫ ਖਾਲਸਾ ਦੀਵਾਨ 'ਚ ਵੀ ਜਦੋਂ ਪਹਿਲੀ ਸੇਵਾ ਸ਼ੁਰੂ ਕੀਤੀ ਸੀ ਨਾ ਇੱਥੇ ਜੀ, ਉਦੋਂ ਥਰਮੋਕੋਲ ਲੱਗੇ ਸੀਗੇ। ਉਹਦੇ ਬਾਅਦ ਮੁੜ ਕੇ ਜਿਹੜੇ ਪ੍ਰਧਾਨ ਸਾਹਿਬ ਸੀਗੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਫਿਰ ਉੱਧਰ ਤੋਂ ਚੀਫ ਖਾਲਸਾ ਦੀਵਾਨ ਦੇ ਵਿੱਚ ਥਰਮੋਕੋਲ ਲੱਗਦਾ। ਪਰ ਹੁਣ ਜਦੋਂ ਦੇ ਡਾਕਟਰ ਨਿੱਜਰ ਸਾਹਿਬ ਆਏ ਨੇ ਇਹਨਾਂ ਸਾਰੇ ਸਕੂਲਾਂ 'ਚ ਸਰਕੂਲੇਟ ਕਰ ਦਿੱਤਾ ਹੈ ਵੀ ਕਿਸੇ ਵੀ ਸਕੂਲ ਦੇ ਵਿੱਚ ਥਰਮੋਕੋਲ ਤੇ ਪਲਾਸਟਿਕ ਨਹੀਂ ਵਰਤਿਆ ਜਾਏਗਾ ਜੀ। ਜਦੋਂ ਵਰਤਿਆ ਜਾਏਗਾ ਜਿੱਥੇ ਕਿਤੇ ਲੰਗਰ ਲੱਗਣਾ ਕੋਈ ਚੀਜ਼ ਹੋਣੀ ਹੈ ਉਹ ਪੱਤਰਾਂ ਦੇ ਲੰਗਰ ਛਕਾਇਆ ਜਾਏਗਾ। ਡਾਕਟਰ ਸਾਹਿਬ ਨੇ ਹਦਾਇਤ ਕਰ ਦਿੱਤੀ ਪੱਕੀ ਜੀ।